ਜਿਹੜਾ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਉੱਥੇ ਸਰਾਜਿਕੀ ਅਨਸਰਾਂ ਦੇ ਜਿਹੜੇ ਖਿਲਾਫ ਹੈ ਉਹਦੇ ਜਲੰਧਰ ਪੁਲਿਸ ਦੇ ਜਿਹੜੇ ਹੈਗੇ ਜਿਹੜੀ ਕਾਰਵਾਈ ਚੱਲਦੀ ਹੈ ਉਸੀ ਕ੍ਰਮ 'ਚ ਜਿਹੜਾ ਅਸੀਂ ਹੈ ਅੱਜ TNB ਚੌਕ ਤੋਂ ਜੋਤੀ ਚੌਕ ਤੋਂ ਅਜੇ ਪਟੇਲ ਚੌਕ ਤੋਂ ਅਸੀਂ ਇਹ ਜਿਹੜਾ ਬਲੈਕ ਮਾਰਕ ਕੀਤਾ ਹੈਗਾ ਜਿਹਦੇ 'ਚ ACP ਸੈਂਟਰਲ ਅਤੇ SHO 2 ਨੰਬਰ 3 ਨੰਬਰ 4 ਨੰਬਰ ਔਰ 2 ਨੰਬਰ ਇਨਵੋਲਵ ਰਹੇ ਨੇ। ਅਸੀਂ ਜਿਹੜਾ ਪੂਰਾ ਹੈਗਾ ਮਾਰਕੀਟ ਹੈ ਉਹਦੇ ਉੱਥੇ ਜਿਹੜਾ ਬਲੈਕ ਮਾਰਕ ਕੀਤਾ ਹੈ। ਇਸ ਤੋਂ ਇਲਾਵਾ ਜਿਹੜੀ ਹੈਗੀ ਅਸੀਂ ਵੱਖ ਵੱਖ ਥਾਵਾਂ 'ਤੇ ਜਿਹੜੇ ਐਂਟੀ ਸਰਵਲਾਂਸ ਟੀਮ ਹੈਗੇ ਜਾਂ ਐਂਟੀ ਜਿਹੜੇ ਸਰਚ ਟੀਮਾਂ ਹੈ ਉਹ ਲਾ ਕੇ ਅਸੀਂ ਪ੍ਰੋਪਰ ਅਸੀਂ ਚੈਕਿੰਗ ਹੈ ਉਹ ਸੁਨਿਸ਼ਚਿਤ ਪਾਈ ਹੈ ਤਾਂ ਕਿ ਜਿਹੜਾ ਲਾਅ ਐਂਡ ਆਰਡਰ ਹੈ ਉਹ ਦੁਰੁਸਤ ਰਹੇ ਅਤੇ ਜਿਹੜੇ ਸ਼ਰਾਰਤੀ ਅਨਸਰ ਹੈ ਉਹ ਕੰਟਰੋਲ 'ਚ ਰਹੇ। ਸਰ ਆਮ ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਆਮ ਪਬਲਿਕ ਨੂੰ ਅਸੀਂ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਅਗਰ ਕੋਈ ਕਿਸੇ ਵੀ ਤਰੀਕੇ ਦੀ ਜਿਹੜੀ ਗਲਤ ਹਰਕਤ ਕਰਦਾ ਹੈਗਾ ਅਤੇ ਜਿਹੜਾ ਹੈ ਜਿਹੜਾ ਐਂਟੀ ਸੋਸ਼ਲ ਐਕਟੀਵਿਟੀਜ਼ ਕਰ ਰਿਹਾ ਹੈਗਾ ਔਰ ਕੋਈ ਵੀ ਗਲਤ ਜਿਹੜਾ ਇਨਫੋਰਮੇਸ਼ਨ ਹੈ ਉਹ ਸੋਸ਼ਲ ਮੀਡੀਆ 'ਤੇ ਫੈਲਾਉਂਦਾ ਹੈਗਾ ਉਹ ਇਮੀਡੀਏਟਲੀ 112 'ਤੇ ਅਤੇ ਜਿਹੜੇ ਜਲੰਧਰ ਪੁਲਿਸ ਸਟੇਸ਼ਨ ਨੇ ਉਸ ਰਹਿ ਉਹਨਾਂ ਨੂੰ ਜਿਹੜੇ ਉਹ ਡਾਇਰੈਕਟ ਕੰਟੈਕਟ ਕਰਕੇ ਉਹ ਜ਼ਰੂਰ ਦੱਸਣ ਤਾਂ ਕਿ ਅਸੀਂ ਜਿਹੜਾ ਹੈਗਾ ਅੱਗੇ ਉਸ 'ਤੇ ਮਨਕੀ ਜਿਹੜੀ ਕਰ ਰਹੀ ਹੈ ਉਹ ਕਰ ਸਕੀਏ।